ਓਵਰਡੋਜ਼ ਸੰਬੰਧੀ ਬੋਸਤ ਮਾਮਲੇ ਅਸੀਂ ਪਹਿਲਾਂ ਵੀ ਦੇਖ ਚੁੱਕੇ ਆ ਬਹੁਤ ਸਾਰੀਆਂ ਰਿਪੋਰਟ ਆ ਗਈਆਂ ਨੇ ਇਸ ਸਾਲ ਯਾਨੀ 2022 ਦੀ ਸ਼ੁਰੂਆਤ ਦੇ ਵਿੱਚ ਦੂਜੇ ਮਹੀਨੇ ਜੋ ਰਿਪੋਰਟ ਦਰਜ ਕੀਤੀ ਗਈ ਹੈ ਉਸ ਮੁਤਾਬਕ ਓਵਰਡੋਜ਼ ਦੇ ਨਾਲ ਲਗਭਗ 174 ਮੌਤਾਂ ਜਿਹੜੀਆਂ ਨੇ ਉਦਰਜ ਕੀਤੀਆਂ ਗਈਆਂ ਨੇ ਦੱਸਦੀ ਹੈ ਕਿ ਦੂਜੇ ਮਹੀਨੇ ਦੇ ਵਿੱਚ ਓਵਰਡੋਜ਼ ਸਬੰਧੀ 174 ਮੌਤਾ ਦਰਜ ਕੀਤੇ ਗਿਆ ਨਹੀਂ ਇਸ ਤੋਂ ਪਹਿਲਾਂ ਜਨਵਰੀ ਦੇ ਵਿੱਚ ਓਵਰਡੋਜ਼ ਸਬੰਧੀ ਮੌਤਾ ਦੀ ਗਿਣਤੀ 208 ਰਹੀ ਹੈ ਲਗਾਤਾਰ 4 ਮਹੀਨੇ ਤੱਕ ਸੂਬੇ ਵਿੱਚ ਓਵਰਡੋਜ਼ ਸਬੰਧੀ 200 ਤੋਂ ਵੱਧ ਮੌਤਾ ਰਿਪੋਰਟ ਹੋਣ ਤੋਂ ਬਾਅਦ ਫਰਵਰੀ ਵਿੱਚ ਇਹ ਅੰਕੜਾ 200 ਤੋਂ ਥੱਲੇ ਆਇਆ ਹੈ ਬੀਤੇ ਸਾਲ ਦੇ ਸਮੇਂ ਮੁਕਾਬਲੇ ਓਵਰਡੋਜ਼ ਸਬੰਧੀ ਮੌਤਾਂ 'ਚ ਇੱਕ ਮੌਤਾ ਵਾਧਾ ਹੋਇਆ ਦੱਸਿਆ ਗਿਆ ਇਸ ਦੇ ਨਾਲ ਹੁਣ ਫਰਵਰੀ ਦੇ ਮਹੀਨੇ 'ਚ ਓਵਰਡੋਜ਼ ਸਬੰਧੀ ਮੌਤਾਂ ਦਾ ਰਿਕਾਰਡ ਟੁੱਟ ਗਿਆ ਹੈ ਸਾਲ ਦੇ ਪਹਿਲੇ 2 ਮਹੀਨਿਆਂ 'ਚ ਓਵਰਡੋਜ਼ ਸ 382 ਤੱਕ ਪਹੁੰਚ ਗਈ ਹੈ ਸਾਲ 2016 ਤੋਂ ਇਸ ਸੰਕਟ ਸਬੰਧੀ ਮੌਤਾਂ ਦੀ ਗਿਣਤੀ ਹੁਣ 9410 ਤੱਕ ਪਹੁੰਚ ਗਈ ਹੈ ਹੁਣ ਲਗਾਤਾਰ ਸਾਰਾ ਮਹੀਨੇ ਹੋ ਚੁੱਕੇ ਨੇ ਜਦ 150 ਤੋਂ ਵੱਧ ਮੌਤਾਂ ਰਿਪੋਰਟ ਹੁੰਦੀਆਂ ਰਹੀਆਂ ਨੇ ਜਾਨ ਗਵਾਉਣ ਵਾਲਿਆਂ ਚ ਵਧੇਰੇ ਗਿਣਤੀ 30 ਤੋਂ 18 ਸਾਲ ਵਿਚਾਲੇ ਦੇ ਪੁਰਸ਼ਾਂ ਦੀ ਦੱਸੀ ਗਈ ਹੈ ਇਸ ਵਿੱਚ ਵਧੇਰੇ ਓਵਰਡੋਜ਼ ਸਬੰਧੀ ਮੌਤਾਂ 'ਚ ਫੈਂਟਨਿਲ ਦੇ ਨਸ਼ੇ ਨੂੰ ਕਾਰਨ ਦੱਸਿਆ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ